ਪੰਜਾਬੀ ਸਪੋਰਟਸ ਦੀਆਂ ਪੁਰਾਣੀਆਂ ਵੀਡੀਓ ਰਿਪੋਰਟਸ ਤੁਸੀਂ punjabisports.com ਤੇ ਜਾ ਕੇ ਦੇਖ ਸਕਦੇ ਹੋ। ਕਬੱਡੀ ਦੇ ਫੁੱਲ ਲੈਂਥ ਮੈਚਸ ਵੀ ਤੁਸੀਂ punjabisports.com ਤੇ ਜਾ ਕੇ ਦੇਖ ਸਕਦੇ ਹੋ। ਕਬੱਡੀ ਵਰਲਡ ਕੱਪ ਵਿੱਚ ਕੈਨੇਡਾ ਦੀ ਟੀਮ ਵੱਲੋਂ ਖੇਡਣ ਵਾਲੇ ਇੱਕ ਪਲੇਅਰ ਨਾਲ ਗੋਲੀ ਢਿੱਲੋਂ ਨੇ ਗੱਲਬਾਤ ਕੀਤੀ। ਆਓ ਦੇਖਦੇ ਹਾਂ ਇਹ ਇੰਟਰਵਿਊ। ਐਕਸਪੀਰੀਅੰਸ ਭਾਅ ਜੀ ਐਤਕੀ ਵੀ ਵਧੀਆ ਰਿਹਾ ਅਤੇ ਲਾਸਟ ਈਅਰ ਵੀ ਵਧੀਆ ਸੀ ਅਤੇ ਬਾਕੀ ਅਸੀਂ ਇਸ ਵਾਰ ਸੈਕਿੰਡ ਆਏ ਹਾਂ ਅਤੇ ਇਸ ਕਰਕੇ ਥੋੜ੍ਹਾ ਜਿਹਾ ਜ਼ਿਆਦਾ ਵਧੀਆ ਰਿਹਾ ਅਤੇ ਪਲੱਸ ਐਤਕੀ ਸਾਨੂੰ ਮੁਸ਼ਕਲਾਂ ਵੀ ਜ਼ਿਆਦਾ ਆਈਆਂ ਲਾਸਟ ਈਅਰ ਨਾਲੋਂ ਅਤੇ ਪਰ ਟੀਮ ਜਿੱਦਾਂ ਬਹੁਤ ਵਧੀਆ ਖੇਡੀ ਹੈ ਅਤੇ ਵਧੀਆ ਐਕਸਪੀਰੀਅੰਸ ਸੀ। ਐਕਚੁਅਲੀ ਜਿਹੜਾ ਲਾਸਟ ਈਅਰ ਕੱਪ ਹੋਇਆ ਉਹ ਜ਼ਿਆਦਾ ਬੈਸਟ ਸੀ, ਉਹਦੀਆਂ ਟੀਮਾਂ ਥੋੜ੍ਹੀਆਂ ਸੀ ਅਤੇ ਟੀਮ ਮੈਚ ਬਹੁਤ ਵਧੀਆ ਹੋਏ, ਪਰ ਇਹਨਾਂ ਨੇ ਐਤਕੀ ਜਿੱਦਾਂ ਓਪਨਿੰਗ ਲਈ ਸਟਾਰ ਸੱਦੇ ਜਾਂ ਉਹਨਾਂ ਨੂੰ 2-2 ਕਰੋੜ ਦਿੱਤਾ ਅਤੇ ਪਲੇਅਰਾਂ ਦੇ ਉਹਨਾਂ ਨੇ ਪੈਸੇ ਇਸ ਸਾਲ ਕੱਟ ਲਏ, ਨਾਮ ਵਧਾਇਆ, ਪਰ ਕੋਈ ਐਡਾ ਉਹਦਾ ਫਾਇਦਾ ਨਹੀਂ ਹੋਇਆ ਕਬੱਡੀ ਲਈ। ਕਬੱਡੀ ਇਸ ਵਾਰ ਜਿਹੜਾ ਕੱਪ ਹੋਇਆ ਉਹ ਜ਼ਿਆਦਾ ਲੋਕਾਂ ਨੇ ਲਾਈਕ ਨਹੀਂ ਕੀਤਾ, ਜਦੋਂ ਪਿਛਲੇ ਸਾਲ ਜਿਹੜਾ ਕੱਪ ਹੋਇਆ ਉਹਨੂੰ ਲੋਕਾਂ ਨੇ ਬਹੁਤ ਜ਼ਿਆਦਾ ਲਾਈਕ ਕੀਤਾ। ਉੱਥੇ ਆਪਣੇ ਇੱਕ ਲੀਗ ਚੱਲਦੀ ਆ IPL ਕਬੱਡੀ ਦੀ, ਆਪਣੀ ਇਹਦੀ ਕ੍ਰਿਕਟ ਦੀ ਤੁਸੀਂ ਦੇਖੀ ਹੋਣੀ ਹੈ, ਉਹ ਲੋਕਾਂ ਨੇ ਬਿਲਕੁਲ ਬੰਦ ਕਰਤੀ ਸੀ ਜਦੋਂ ਕਬੱਡੀ ਦੇ ਮੈਚ ਹੁੰਦੇ ਸੀ, ਲੋਕ ਦੇਖਦੇ ਨਹੀਂ ਸੀ ਉਹਨਾਂ ਨੂੰ, ਅਤੇ ਇਸ ਵਾਰੀ ਕੋਈ ਇੱਦਾਂ ਦੀ ਕੋਈ ਖਾਸ ਗੱਲ ਨਹੀਂ ਹੋਈ ਕਿਉਂਕਿ ਮੈਚ ਇਹਨਾਂ ਨੇ ਕਰਤੇ ਬਹੁਤ ਜ਼ਿਆਦਾ ਅਤੇ ਜਿਹੜੀ ਮੈਚਾਂ ਦੀ ਪੁਆਇੰਟ ਹੁੰਦੇ ਸੀ ਉਹ ਇੱਕ ਟੀਮ ਦੇ 10 ਹੁੰਦੇ ਸੀ, ਦੂਜੀ ਦੇ 70, ਕਿਸੇ ਦੇ 25, ਕਿਸੇ ਦੇ 65, ਕੋਈ ਸਵਾਦ ਨਹੀਂ ਸੀ ਆਉਂਦਾ ਲੋਕਾਂ ਨੂੰ, ਕੋਈ ਇੱਦਾਂ ਨਹੀਂ ਸੀ ਹੈਗਾ ਵੀ ਲੋਕਾਂ 'ਚ ਖਿੱਚ ਹੀ ਨਹੀਂ ਸੀ, ਜਿੱਦਾਂ ਲਾਸਟ ਈਅਰ ਜਿਹੜੇ ਮੈਚ ਹੁੰਦੇ ਸੀ ਉਹ ਬਹੁਤ ਟਫ ਹੁੰਦੇ ਸੀ, ਨੇੜੇ ਹੁੰਦੇ ਸੀ, ਸੋ ਇਸ ਕਰਕੇ ਐਤਕੀ ਥੋੜ੍ਹਾ ਜਿਹਾ ਕੱਪ ਪਲੇਅਰਾਂ ਨੇ ਮਹਿਸੂਸ ਕੀਤਾ। ਬਾਕੀ ਪਲੇਅਰਾਂ ਨੂੰ ਹੋਰ ਜਿਹੜੀਆਂ ਐਤਕੀ ਡਰੱਗ ਦੀ ਬਹੁਤ ਪ੍ਰੋਬਲਮ ਆਈ ਹੈ ਉਹਦੇ ਕਰਕੇ ਵੀ ਪਲੇਅਰਾਂ ਨੇ ਵੀ ਉਹਦੇ ਕਰਕੇ ਥੋੜ੍ਹਾ ਜਿਹਾ, ਕਿਉਂਕਿ ਪਹਿਲਾਂ ਦੱਸਿਆ ਨਹੀਂ ਉਹਨਾਂ ਨੇ, ਕਲੀਅਰ ਨਹੀਂ ਕੀਤਾ ਸਾਰੀਆਂ ਟੀਮਾਂ ਨੂੰ ਵੀ ਕਿੱਦਾਂ ਕਿੱਦਾਂ ਹੋਣੀ ਹੈ, ਜਿੱਦਾਂ ਉਹਨਾਂ ਨੇ ਅਮੈਰੀਕਾ ਦੀ ਟੀਮ ਕੱਢ ਹੀ ਦਿੱਤੀ, ਆਸਟ੍ਰੇਲੀਆ ਦੀ ਟੀਮ ਕੱਢ ਦਿੱਤੀ, ਕਾਫੀ ਕੁਛ ਇੱਦਾਂ ਹੋਇਆ। ਉਹ ਜਿਹੜਾ ਲਾਸਟ ਈਅਰ ਸੀ ਉਹਦੇ 'ਚ ਕੀ ਸੀ, ਮੰਨ ਲਓ ਹੁਣ ਮੈਂ ਮੋਹਾਲੀ ਏਰੀਆ ਨੂੰ ਬਿਲੋਂਗ ਕਰਦਾ, ਹੁਣ ਮੇਰਾ ਉੱਥੇ ਕੋਈ ਮੈਚ ਨਹੀਂ ਹੋਇਆ, ਜਿੱਦਾਂ ਜਿਹੜੇ ਲਾਸਟ ਈਅਰ ਮੈਚ ਹੋਏ ਸੀ ਉਹ ਵੱਖਰੀ ਵੱਖਰੀ ਜਗ੍ਹਾ ਹੋਏ ਸੀ, ਸਾਰੇ ਪਲੇਅਰਾਂ ਦਾ ਜੇ ਕਿਸੇ ਦਾ ਜਿਹੜੇ ਏਰੀਆ ਸੀ ਉਹ ਪਤਾ ਲੱਗਦਾ ਸੀ, ਪਲੇਅਰ ਵੀ ਚਾਹੁੰਦਾ ਸੀ ਮੇਰਾ। ਇਸ ਵਾਰ ਇਹਨਾਂ ਨੇ ਜ਼ਿਆਦਾ ਪੈਸੇ ਦੀ ਸੇਵਿੰਗ ਕਰ ਲਓ, ਜਾਂ ਇਹਨਾਂ ਨੇ ਇਸ ਹਿਸਾਬ ਨਾਲ ਪਲੈਨਿੰਗ ਕੀਤੀ ਵੀ ਜਿਹੜੇ ਏ ਪੂਲ ਦੇ ਮੈਚ ਉਹ ਇੱਕ ਸਾਈਡ ਕਰਾ ਦੇ, ਜਿਹੜੇ ਬੀ ਸਾਈਡ ਦੇ ਪੂਲ ਦੇ ਮੈਚ ਸੀ ਉਹ ਇੱਕ ਸਾਈਡ ਕਰਾ ਦੇ, ਜਿੱਦਾਂ ਲੋਕ ਚਾਹੁੰਦੇ ਸੀ ਵੀ ਸਾਡੇ ਵਾਲੀਆਂ ਟੀਮਾਂ ਉੱਧਰ ਗਈਆਂ ਦੁਆਬੇ ਸਾਈਡ, ਉਹ ਸਾਡੇ ਸਾਰੇ ਜਿੰਨੇ ਮੈਚ ਸਾਰੇ ਮਾਲਵੇ 'ਚ ਹੋਏ, ਕੋਈ ਦੁਆਬੇ 'ਚ ਨਹੀਂ ਹੋਇਆ ਜਾਂ ਮਾਝੇ 'ਚ ਨਹੀਂ ਹੋਇਆ, ਜਿਹੜੀਆਂ ਉੱਧਰਲੀਆਂ ਸੀ ਟੀਮਾਂ ਉਹਨਾਂ ਦਾ ਕੋਈ ਮਾਲਵੇ 'ਚ ਨਹੀਂ ਹੋਇਆ, ਸੋ ਲੋਕ ਤਾਂ ਚਾਹੁੰਦੇ ਸੀ ਸਾਰੀਆਂ ਟੀਮਾਂ, ਹੁਣ ਅੰਮ੍ਰਿਤਸਰ ਵਾਲੇ ਬੰਦੇ ਬਠਿੰਡੇ ਕਿੱਥੋਂ ਆਉਣਗੇ ਦੇਖਣ, ਜਾਂ ਅੰਮ੍ਰਿਤਸਰ ਵਾਲੇ ਬੰਦੇ ਸੰਗਰੂਰ ਕਿੱਥੋਂ ਆਉਣਗੇ ਮੈਚ ਦੇਖਣ ਅਗਲਾ, ਪਰ ਜੇ ਸਾਡੇ ਮੈਚ ਉੱਥੇ ਹੁੰਦੇ ਉਹ ਸਾਨੂੰ ਵੀ ਦੇਖ ਲੈਂਦੇ, ਦੂਜੀਆਂ ਟੀਮਾਂ ਨੂੰ ਵੀ ਦੇਖ ਲੈਂਦੇ, ਸੋ ਮੈਚ ਮਿਕਸਅਪ ਹੋਣੇ ਚਾਹੀਦੇ। ਪਾਕਿਸਤਾਨ ਦਾ ਖਿਡਾਰੀ ਇਸ ਸਮੇਂ ਲਾਲੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ, ਦਾ ਸਮੇਂ 4 ਜਾਫੀ ਪੂਰੀ ਤਿਆਰੀ ਦੇ ਵਿੱਚ ਨੇ। ਬਲਜੀਤ ਸਿੰਘ ਕੈਨੇਡਾ ਦਾ ਇਹ ਹੋਰ ਖਿਡਾਰੀ ਮਹਾਂਵਲੀ ਮਾਮਾ ਜੀ ਦੇ ਸੂਰਮੇ ਖੇਡ ਦੇ ਮੈਦਾਨਾਂ ਵਿੱਚ ਪਾਉਂਦੇ ਸੂਰਮੇ ਪਹਿਲੀਆਂ ਕਬੱਡੀਆਂ ਨੇ ਸ਼ੇਰ ਅੱਜ ਦੇ ਸਾਨੂੰ ਦੇ ਪੇੜ ਤੋਂ ਨਹੀਂ। ਸਟੇਡੀਅਮ ਦਾ ਖੈਰ ਦੇਖੋ, ਉਹਨਾਂ ਨੇ ਬਠਿੰਡੇ ਵਾਲਾ ਵਧੀਆ ਬਣਾਇਆ ਸੀ ਅਤੇ ਸੰਗਰੂਰ ਵੀ ਉਹਨਾਂ ਨੇ ਕੀਤਾ ਸੀ, ਸਟੇਡੀਅਮ ਤਾਂ ਬਣਾਏ ਉਹਨਾਂ ਨੇ, ਇਹਦੇ ਤਾਂ ਨਹੀਂ, ਕਬੱਡੀ ਨੂੰ ਵੀ ਪ੍ਰਮੋਟ ਕੀਤਾ, ਪਰ ਕਬੱਡੀ 'ਚ ਪੋਲੀਟਿਕਸ ਜ਼ਿਆਦਾ ਹੈ, ਕਬੱਡੀ ਘੱਟ ਹੈ ਪੋਲੀਟਿਕਸ ਜ਼ਿਆਦਾ, ਸਾਰੀ ਦੁਨੀਆ 'ਚ ਇਹੀ ਹਾਲ ਹੈ। ਹੁਣ ਤੁਸੀਂ ਦੇਖ ਲਓ ਵੀ ਇੱਥੇ ਵੀ ਹੁਣ 4 ਫੈਡਰੇਸ਼ਨਾਂ ਬਣ ਗਈਆਂ,
ਵੀ ਹੁਣ ਇਹ 'ਚ ਪੋਲੀਟਿਕਸ ਜ਼ਿਆਦਾ ਵੱਧ ਗਈ, ਪੋਲੀਟਿਕਸ ਹਾਵੀ ਹੋ ਗਈ ਇਹ 'ਤੇ। ਕਬੱਡੀ ਨੂੰ ਜਿੱਦਾਂ ਓਨਾ ਨਹੀਂ ਜਿੱਦਾਂ ਕਬੱਡੀ ਅੱਗੇ ਆਉਣੀ ਚਾਹੀਦੀ ਸੀ, ਉਦੋਂ ਜ਼ਿਆਦਾ ਪੋਲੀਟਿਕਸ ਇਹ 'ਚ ਅੱਗੇ ਆ ਰਹੀ ਹੈ। ਸਭ ਤੋਂ ਵੱਡੀ ਗੱਲ ਤਾਂ ਜਦੋਂ ਇੱਥੇ ਪਲੇਅਰ ਨਹੀਂ ਸੀ ਆਉਂਦੇ, ਟੋਰਾਂਟੋ ਪਲੇਅਰ ਆਉਂਦੇ ਸੀ 5 ਜਾਂ 6, ਇਹ ਉੱਥੋਂ ਸੱਦਦੇ ਸੀ ਅਤੇ ਟੀਮਾਂ ਬੜੀਆਂ ਬੈਲੈਂਸ ਖੇਲਦੀਆਂ ਸੀ ਅਤੇ 7-8 ਕਲੱਬਾਂ ਹੁੰਦੀਆਂ ਸਾਰੀਆਂ ਅਤੇ ਸਾਰੇ ਇੱਕ ਸੀ, ਉਦੋਂ ਬਾਹਲਾ ਕੋਈ ਰੌਲਾ ਨਹੀਂ ਸੀ। ਪਰ ਜਦੋਂ ਬੰਦੇ ਲੱਗੇ ਇੰਡੀਆ ਤੋਂ ਆਉਣ, ਉਦੋਂ ਇਹ ਸਾਰੀ ਪ੍ਰੋਬਲਮ ਸਟਾਰਟ ਹੋਈ ਹੈ। ਸਾਰਿਆਂ ਨੂੰ ਚੌਧਰ ਦਾ ਪੈ ਗਿਆ, ਇੰਡੀਆ ਤੋਂ ਬੰਦੇ ਸੱਦਦੇ ਆ, ਜੋ ਮੈਂ ਹੁਣ ਮੈਂ ਇੰਡੀਆ ਤੋਂ ਬੰਦੇ ਸੱਦੂੰਗਾ 4, ਜਦੋਂ ਮੈਂ ਇੰਡੀਆ ਜਾਣਾ ਉਹ ਮੇਰੇ ਪਿੱਛੇ ਪਿੱਛੇ ਫਿਰਦੇ, ਭਾਜੀ 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 ਭਾਜੀ, ਆਹ ਚੀਜ਼ ਬਹੁਤ ਹੁੰਦੀ ਹੈ ਇੰਡੀਆ ਜਾ ਕੇ। ਅਤੇ ਇੱਥੇ ਫਿਰ ਜਦੋਂ ਇਹਨਾਂ ਨੇ ਦੇਖਿਆ ਵੀ ਹੁਣ ਪ੍ਰਧਾਨਗੀਆਂ ਦਾ ਰੌਲਾ ਪੈ ਗਿਆ, ਵੀ ਬੰਦੇ ਜਿਹੜੇ ਹੁਣ ਮੇਨ ਕਲੱਬਾਂ ਹੈ ਮੂਹਰੇ ਨੇ, ਜਿਹੜੇ ਬੰਦੇ ਉਹ ਥੱਲੇ ਵਾਲਿਆਂ ਨੂੰ ਉੱਤੇ ਨਹੀਂ ਆਉਣ ਦਿੰਦੇ, ਉਹਨਾਂ ਨੇ ਵੱਖਰੇ ਹੋ ਗਏ, ਆਪਣੀ ਇੱਕ ਫੈਡਰੇਸ਼ਨ ਬਣੀ, 1 ਤੋਂ 2 ਬਣੀਆਂ, 2 ਤੋਂ 3 ਬਣੀਆਂ, 3 ਤੋਂ ਹੁਣ 4 ਬਣ ਗਈਆਂ। ਜਾਣੀ ਕਬੱਡੀ ਦਾ ਨੁਕਸਾਨ ਹੀ ਹੋ ਰਿਹਾ ਇੱਕ ਤਰ੍ਹਾਂ। ਲੋਕ ਸਾਰੇ ਚਾਹੁੰਦੇ ਵੀ ਇੱਕ ਫੈਡਰੇਸ਼ਨ ਹੋਵੇ, ਅਤੇ ਜਿੱਦਾਂ ਅੱਗੇ ਮੈਚ ਹੁੰਦੇ ਤੁਸੀਂ ਵੀ ਦੇਖਿਆ 2007 'ਚ 2006 'ਚ ਜਿੰਨੇ ਮੈਚ ਇੱਕ ਫੈਡਰੇਸ਼ਨ ਹੁੰਦੇ ਸੀ, ਇੰਨੇ ਜ਼ਿਆਦਾ ਲੋਕ ਇੰਨੇ ਟੂਰਨਾਮੈਂਟ ਭਰਦੇ ਸੀ, ਇੰਨੇ ਲੋਕ ਦੇਖਦੇ ਸੀ। ਪ੍ਰੋਬਲਮ ਤਾਂ ਇਹ ਠੀਕ ਹੋ ਸਕਦੀ ਹੈ, ਪਰ ਇਹ ਜਿੱਦਾਂ ਹੁਣ ਉਹਨਾਂ ਨੇ ਤਾਂ, ਮੈਂ ਪ੍ਰਗਟ ਸਿੰਘ ਨਾਲ ਗੱਲ ਕੀਤੀ ਸੀ ਉੱਥੇ, ਉਹ ਕਹਿੰਦਾ ਵੀ ਦੇਖੋ ਅਸੀਂ ਕੱਪ ਕਰਾ ਰਹੇ ਹਾਂ, ਅਸੀਂ ਕਰੱਪ 'ਚ ਬੰਦੇ ਬੈਨ ਕਰ ਦੂੰਗੇ ਨਾ, ਅਸੀਂ ਤਾਂ ਇੱਕ ਕੱਪ ਕਰਾਉਣਾ, ਪਰ ਜਿਹੜੇ ਬਾਅਦ 'ਚ ਪਲੇਅਰ ਖੇਡਣੇ ਆ ਉਹ ਫੈਡਰੇਸ਼ਨਾਂ 'ਚ ਖੇਲਣੇ ਆ, ਜੇ ਹੁਣ ਫੈਡਰੇਸ਼ਨਾਂ ਨੇ ਨਹੀਂ ਬੈਨ ਕਰਨੇ ਤਾਂ ਸਾਡੇ ਉਹ ਬੈਨ ਕੀਤਿਆਂ ਦਾ ਕੋਈ ਮਤਲਬ ਨਹੀਂ ਹੈਗਾ। ਜਦੋਂ ਤੱਕ ਤੁਹਾਡੀਆਂ ਫੈਡਰੇਸ਼ਨਾਂ ਕੋਈ ਸਟੈਂਡ ਨਹੀਂ ਲੈਂਦੀਆਂ, ਜਦੋਂ ਤੱਕ ਇਹ ਇਕੱਠੀਆਂ ਨਹੀਂ ਹੁੰਦੀਆਂ ਇੱਕ ਜਗ੍ਹਾ, ਜਦੋਂ ਤੱਕ ਇਹ ਨਹੀਂ ਕਹਿੰਦੀਆਂ ਵੀ ਹਾਂ ਜਿਹੜੇ ਬੰਦੇ ਬੈਨ ਹੈ ਜਾਂ ਡਰੱਗ ਅਸੀਂ ਹੋਣ ਹੀ ਨਹੀਂ ਦੇਣੀ, ਅਸੀਂ ਟੈਸਟ ਹੀ ਇੰਨੇ ਵਧੀਆ ਕਰਾ ਕੇ ਖਿਡਾਉਣੇ ਹੈ, ਉਦੋਂ ਇਹ ਚੀਜ਼ ਖਤਮ ਹੋਣੀ ਹੈ। ਕਿਉਂਕਿ ਤੁਸੀਂ ਦੇਖਿਆ 2007 'ਚ ਜਦੋਂ ਇੱਥੇ ਟੈਸਟ ਹੋਇਆ, ਉਦੋਂ ਪਲੇਅਰ ਇੰਨੇ ਕੁ ਵਧੀਆ ਹੋ ਗਏ ਸੀ, ਸਾਰੇ ਡਰ ਗਏ ਸੀ, ਅਤੇ ਜਦੋਂ ਇਹਨਾਂ ਨੇ 50-60 ਪਲੇਅਰ ਉਦੋਂ ਬੈਨ ਹੋਇਆ, ਅਤੇ ਉਦੋਂ ਇੱਦਾਂ ਲੱਗਦਾ ਸੀ ਵੀ ਲੈ ਹੁਣ ਕਬੱਡੀ ਬਹੁਤ ਜਿੱਦਾਂ ਵਧੀਆ ਹੋ ਜੂਗੀ, ਡਰੱਗ ਤੋਂ ਫਰੀ ਹੋ ਜੂਗੀ। ਪਰ ਉਹ ਫੈਡਰੇਸ਼ਨਾਂ, ਫਿਰ ਤੁਹਾਨੂੰ ਉੱਥੇ ਹੀ ਗੱਲ ਆ ਜਾਂਦੀ ਹੈ ਵੀ ਫੈਡਰੇਸ਼ਨਾਂ 2-3 ਬਣ ਗਈਆਂ, ਅਤੇ ਉਹ ਜੇ ਇੱਕ ਬੈਨ ਕਰਦੇ ਦੂਜੇ ਖੜਾ ਲੈਂਦੇ ਆ। ਐਤਕੀ ਜਿਹੜੇ ਇੰਡੀਆ ਟੈਸਟ ਹੋਇਆ ਬਹੁਤ ਜ਼ਿਆਦਾ ਵਧੀਆ ਟੈਸਟ ਹੋਇਆ, ਟੈਸਟ ਪਿਛਲੀ ਵਾਰੀ ਵੀ ਸੇਮ ਹੀ ਹੋਏ ਸੀ, ਪਰ ਐਤਕੀ ਉਹਨਾਂ ਨੇ ਰਿਲੀਜ਼ ਕਰੀ ਗਏ ਨਾਲ ਦੀ ਨਾਲ। ਹੁਣ ਮੇਰਾ 3 ਵਾਰੀ ਟੈਸਟ ਹੋਇਆ, ਕਹਿੰਦੇ ਬਿਹਾਰੀ ਪੁਰੀਏ ਦਾ 3 ਵਾਰੀ ਟੈਸਟ ਹੋਇਆ, ਸਾਡਾ ਅਸੀਂ 6 ਪਲੇਅਰ ਜਿੱਦਾਂ ਆਏ ਸੀ ਆਪਣਾ ਨੈਗੇਟਿਵ, ਅਤੇ ਸਾਡਾ 2-3 ਵਾਰੀ ਤਕਰੀਬਨ ਟੈਸਟ ਹੋਇਆ ਸਾਰਿਆਂ ਦਾ, ਅਤੇ ਬਹੁਤ ਵਧੀਆ ਟੈਸਟ ਕਰਦੇ ਸੀ ਉਹ, ਜਿੱਦਾਂ ਤੁਹਾਨੂੰ ਪਤਾ ਹੀ ਆ ਵਾਡਾ ਨੇ ਟੈਸਟ ਕੀਤੇ, ਸਾਰੇ ਟੈਸਟ ਬਹੁਤ ਵਧੀਆ ਹੋਏ। ਕਾਸ਼ਿਫ ਕਸਾਈ ਪਾਕਿਸਤਾਨ ਦੀ ਟੀਮ ਦਾ